ਹਦੀਸੇ ਮੁਬਾਰਕਾਂ ਦੇ ਅਲਫਾਜ਼ ਨੇ, ਜਿਸ ਬੰਦੇ ਨੇ ਆਪਣੀ ਅੱਖ 'ਚੋਂ ਮੱਖੀ ਦੇ ਸਿਰ ਜਿੰਨਾ ਆਂਸੂ, ਆਪਣੇ ਗੁਨਾਹਾਂ ਨੂੰ ਯਾਦ ਕਰਕੇ ਅੱਲਾ ਦੇ ਅਰਸ਼ ਦੇ ਸਾਹਮਣੇ ਔਰ ਕਿਆਮਤ ਦੇ ਦਿਨ ਅੱਲਾ ਦੇ ਕਟਹਿਰੇ ਦੇ ਅੰਦਰ ਖੜ੍ਹੇ ਹੋਣ ਤੋਂ ਡਰ ਕੇ ਆਪਣੀਆਂ ਅੱਖਾਂ 'ਚੋਂ ਇੱਕ ਮੱਛਰ ਦੇ ਔਰ ਇੱਕ ਮੱਖੀ ਦੇ ਸਰ ਜਿੰਨਾ ਆਂਸੂ ਆਪਣੀ ਅੱਖ 'ਚੋਂ ਕੱਢ ਦਿੱਤਾ, ਰੱਬੇ ਕਾਇਨਾਤ ਉਸ ਬੰਦੇ 'ਤੇ ਖੁਸ਼ ਹੋ ਕੇ ਉਸ ਬੰਦੇ ਨੂੰ ਆਪਣੀ ਜੰਨਤ ਦਾ ਮਾਲਿਕ ਬਣਾ ਦਿੰਦੇ ਨੇ। ਹਜ਼ਰਾਤ ਦੀ ਵਕਾਰ, ਬਲਕਿ ਨਬੀ ਕਾਇਨਾਤ ਨੇ ਫਰਮਾਇਆ, ਜਿਹੜਾ ਬੰਦਾ ਰੋ ਪੈਂਦਾ ਆਪਣੇ ਗੁਨਾਹਾਂ ਨੂੰ ਯਾਦ ਕਰਕੇ, ਅੱਲਾ ਤਾਂ ਉਸ ਬੰਦੇ 'ਤੇ ਵੈਸੇ ਹੀ ਜਹੰਨਮ ਦੀ ਅੱਗ ਨੂੰ ਹਰਾਮ ਕਰ ਦਿੰਦਾ। ਸੁਬਹਾਨ ਅੱਲਾ, ਸੁਬਹਾਨ ਅੱਲਾ। ਮੈਂ ਰੱਬ ਦੇ ਪਿਆਰ ਤੋਂ ਸਦੀਕ ਅਕਬਰ ਹਜ਼ਰਤ ਅਬੂ ਬਕਰ ਸਦੀਕ ਫਰਮਾਉਂਦੇ ਨੇ, ਉਹ ਲੋਕੋ, ਜੇ ਨਬੀ ਦੀ ਇਹ ਗੱਲ ਸੁਣ ਕੇ ਰੋਣਾ ਨਹੀਂ ਨਾ ਆਉਂਦਾ ਤਾਂ ਫਿਰ ਰੋਣ ਜੈਸਾ ਚਿਹਰਾ ਹੀ ਬਣਾ ਲਓ, ਰੋਣ ਜੈਸਾ ਮੂੰਹ ਹੀ ਬਣਾ ਲਓ, ਰੋਣ ਜੈਸੀ ਆਪਣੀ ਅਦਾ ਹੀ ਬਣਾ ਲਓ। ਇਹ ਰੋਣ ਜੈਸਾ ਅੰਦਾਜ਼ ਅਪਣਾਉਣਾ ਤੁਹਾਡਾ ਕੰਮ ਹੈ, ਪੂਰੀ ਜ਼ਿੰਦਗੀ ਦੇ ਗੁਨਾਹਾਂ ਨੂੰ ਨੇਕੀਆਂ ਦੇ ਅੰਦਰ ਤਬਦੀਲ ਕਰ ਦੇਣਾ ਅਰਸ਼ਾਂ ਵਾਲੇ ਰੱਬ ਦਾ ਕੰਮ।